ਕੋਰੋਨਾ ਵਾਇਰਸ ਕਰਕੇ ਲੱਗੇ ਕਰਫਿਊ ਦੌਰਾਨ ਲੋਕਾਂ ਨੂੰ ਹਰ ਪੱਧਰ ਦੀ ਮਦਦ ਪਹੁੰਚਾਈ ਜਾ ਰਹੀ ਹੈ। ਥਾਣੇ ਤੋਂ ਲੈ ਕੇ ਰਾਸ਼ਨ ਤੱਕ ਦਾ ਸਮਾਨ ਜਾਂ ਮੈਡੀਕਲ ਸਹੂਲਤ। ਪਰ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਨਵੇਕਲੀ ਪਹਿਲਕਦਮੀ ਕਰਦਿਆਂ ਸਲਮ ਏਰੀਆ ਵਿੱਚ ਰਹਿਣ ਵਾਲੀਆਂ ਅਤੇ ਲੋੜਵੰਦ ਔਰਤਾਂ ਨੂੰ ਸੈਨੇਟਰੀ ਨੈਪਕਿਨ ਵੰਡੇ ਗਏ। ਫਤਿਹਗੜ੍ਹ ਸਾਹਿਬ ਦੇ SSP ਅਮਨੀਤ ਕੌਂਡਲ ਮੁਤਾਬਕ ਕੋਰੋਨਾ ਵਾਇਰਸ ਨੂੰ ਲੈ ਕੇ ਲੱਗੇ ਹੋਏ ਕਰਫਿਊ ਦੌਰਾਨ ਲੋਕਾਂ ਨੂੰ NGO ਦੀ ਮਦਦ ਨਾਲ ਸੈਨੇਟਰੀ ਨੈਪਕਿਨ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਪੰਜਾਬ IPS ਆਫਿਸਰ ਐਸੋਸੀਏਸ਼ਨ, ਲੇਡੀਜ਼ ਸੈਕਸ਼ਨ ਚੰਡੀਗੜ੍ਹ ਗੋਲਫ ਕੋਰਸ ਅਤੇ ਭਾਰਤ ਵਿਕਾਸ ਪਰਿਸ਼ਦ NGO ਵੱਲੋਂ ਇਹ ਉਦਮ ਕੀਤਾ ਜਾ ਰਿਹਾ ਹੈ ਅਤੇ ਰੋਜ਼ਾਨਾ ਲੋੜਵੰਦ ਔਰਤਾਂ ਤੱਕ ਇਹ ਪਹੁੰਚਾਏ ਜਾ ਰਹੇ ਹਨ। ਅਸੀਂ ਜੀ ਇੱਕ ਵੈਲਫੇਅਰ ਇਨੀਸ਼ੀਏਟਿਵ ਲਿਆ ਹੈ। ਸਾਡੇ ਸੀਨੀਅਰਸ ਪੰਜਾਬ ਪੁਲਿਸ ਦੇ ਜਿਹੜੇ DG ਸਰ ਹੈ ਉਹਨਾਂ ਵੱਲੋਂ ਡਾਇਰੈਕਸ਼ਨ ਸੀਗੀ ਕਿ ਤੁਸੀਂ ਕੁਛ ਵੀ ਵਰਕਆਊਟ ਕਰੋ ਵੈਲਫੇਅਰ ਇਨੀਸ਼ੀਏਟਿਵ, ਅਤੇ ਸਾਡੇ ਨਾਲ ਜਿੱਦਾਂ ਲੋਕਲ NGOs ਵੀ ਜੁੜੇ ਹੈ। ਸਾਡਾ ਇਹ ਕੋਨਸੈਪਟ ਹੈ ਕਿ ਜਿਹੜੀ ਲੇਡੀਜ਼ ਫਾਈਨੈਂਸ਼ੀਅਲੀ ਇੰਨੇ ਵੈਲ ਆਫ ਨਹੀਂ ਹੁੰਦੇ, ਉਹ ਲੋਕਡਾਊਨ ਦੇ ਦੌਰਾਨ ਜਿਨ੍ਹਾਂ ਨੂੰ ਸੈਨੇਟਰੀ ਪੈਡਸ ਦੀ ਲੋੜ ਹੈ ਅਤੇ ਉਹ ਨਹੀਂ ਲਿਜਾ ਕਿਸੇ ਵੀ ਕਾਰਨ ਕਰਕੇ ਨਹੀਂ ਖਰੀਦ ਪਾ ਰਹੇ, ਨਹੀਂ ਲੈ ਕੇ ਆ ਸਕਦੇ, ਉਹਨਾਂ ਨੂੰ ਅਸੀਂ ਜਿਹੜੇ ਵੀ ਸਾਨੂੰ ਕੰਟਰੀਬਿਊਸ਼ਨਸ ਡੋਨੇਸ਼ਨਸ ਮਿਲੀਆਂ, ਅਸੀਂ ਸੈਨੇਟਰੀ ਪੈਡਸ ਅਰਾਊਂਡ 2000 ਦੇ ਕਰੀਬ ਪੈਕਟ ਅਰੇਂਜ ਕੀਤੇ। ਅਤੇ ਅੱਜ ਸਾਡਾ ਪਹਿਲਾ ਦਿਨ ਹੈ, ਅਸੀਂ ਸਭ ਤੋਂ ਪਹਿਲਾਂ ਬ੍ਰਾਹਮਣ ਮਾਜਰਾ ਜਿਹੜਾ ਸਰਹੰਦ ਹੈ ਉਸ ਏਰੀਆ ਦੀ ਲੇਡੀਜ਼ ਨੂੰ ਬੁਲਾ ਕੇ ਇਹਨਾਂ ਨੂੰ, ਮੈਮ ਨੇ ਮੇਰੇ ਆਉਣ ਤੋਂ ਪਹਿਲਾਂ ਸਾਰੀ ਡਾਕਟਰ ਦੀਪਤੀ ਨੇ ਟਿਪਸ ਵੀ ਦਿੱਤੀਆਂ ਪਰਸਨਲ ਹਾਈਜੀਨ ਮੇਨਟੇਨ ਕਰਨ ਦੀ ਅਤੇ ਕੋਵਿਡ ਦੀ ਵੀ ਅਵੇਅਰਨੈਸ ਦੀ ਗੱਲਾਂ ਦੱਸੀਆਂ। ਅਤੇ ਇਹਨਾਂ ਨੂੰ ਸਾਰੀ ਲੇਡੀਜ਼ ਨੂੰ ਅਸੀਂ 2-2 ਪੈਕਟ ਫਿਲਹਾਲ ਵੰਡੇ, ਅਤੇ ਜਿੱਦਾਂ ਜਿੱਦਾਂ ਸਾਨੂੰ NGOs ਦੀ ਸਪੋਰਟ ਰਹੇਗੀ ਅਤੇ ਸਾਨੂੰ ਸਾਡੇ ਪਿਪਸੋਵਾ ਦੇ ਜਿਹੜੇ ਪੰਜਾਬ IPS ਆਫਿਸਰਸ ਵਾਈਵ ਐਸੋਸੀਏਸ਼ਨ ਹੈ ਚੰਡੀਗੜ੍ਹ 'ਚ, ਉਹਨਾਂ ਨੇ ਅਤੇ ਇੱਕ ਲੇਡੀਜ਼ ਕਲੱਬ ਗੋਲਫ ਸੈਕਸ਼ਨ ਹੈ ਚੰਡੀਗੜ੍ਹ, ਉਹਨਾਂ ਨੇ ਵੀ ਸਾਨੂੰ ਕਾਫੀ ਡੋਨੇਸ਼ਨ ਦਿੱਤੀ ਹੈ। ਅਤੇ ਵੱਖਰੇ ਵੱਖਰੇ ਸਪੋਰਟ ਦੇ ਨਾਲ ਵੀ ਵਿਲ ਟਰਾਈ ਕਿ ਅਸੀਂ ਇਹਨਾਂ ਨੂੰ ਇੱਦਾਂ ਦਾ ਕੁਛ ਨਾ ਕੁਛ ਪ੍ਰੋਵਾਈਡ ਕਰਦੇ ਰਹੀਏ। ਰਾਣਾ ਹੋਸਪਿਟਲ ਸਰਹੰਦ ਤੋਂ ਹਾਂ। ਅੱਜ ਅਸੀਂ ਪੁਲਿਸ ਡਿਪਾਰਟਮੈਂਟ ਦੇ ਨਾਲ ਮਿਲ ਕੇ DSP ਮੈਮ ਨੇ, SSP ਮੈਮ ਨੇ, ਇਹਨਾਂ ਸਭ ਦੇ ਨਾਲ ਮਿਲ ਕੇ ਅਸੀਂ ਭਾਰਤ ਵਿਕਾਸ ਪਰਿਸ਼ਦ ਦੇ ਸਾਰੀਆਂ ਫੀਮੇਲ ਮੈਂਬਰਸ ਦੇ ਨੇ ਇੱਥੇ ਆ ਕੇ, ਜਿਹੜੇ ਸਲਮ ਏਰੀਆਜ਼ ਦੇ ਪੂਅਰ ਲੋਕ ਨੇ ਜਿਹੜੇ ਇਸ ਲੋਕਡਾਊਨ ਦੇ ਟਾਈਮ ਦੇ ਵਿੱਚ ਫਾਈਨੈਂਸ਼ੀਅਲੀ ਆਪਣੀ ਹਾਈਜੀਨ ਨੂੰ ਮੇਨਟੇਨ ਨਹੀਂ ਕਰ ਸਕਦੇ, ਤਾਂ ਉਹਦੇ ਲਈ ਅਸੀਂ ਸੈਨੇਟਰੀ ਪੈਡਸ ਵਗੈਰਾ ਡਿਸਟ੍ਰੀਬਿਊਟ ਕੀਤੇ ਨੇ ਔਰ ਇਹਨਾਂ ਨੂੰ ਪ੍ਰੋਪਰ ਹਾਈਜੀਨ ਬਾਰੇ ਗਾਈਡਲਾਈਨਸ ਦਿੱਤੀਆਂ ਨੇ, ਕਿਉਂਕਿ ਅੱਜ ਦੇ ਟਾਈਮ ਵਿੱਚ ਇੱਕ ਹੈਲਦੀ ਲਾਈਫ ਜੀਣਾ ਇੱਕ ਬਹੁਤ ਵੱਡੀ ਗੱਲ ਹੈ, ਕਿਉਂਕਿ ਜੇ ਇਮਿਊਨਿਟੀ ਠੀਕ ਹੋਏਗੀ ਤਾਂ ਹੀ ਆਪਾਂ ਬਾਕੀ ਬਿਮਾਰੀਆਂ ਨੂੰ ਫਾਈਟ ਕਰ ਸਕਦੇ ਹਾਂ। ਤਾਂ ਇਸ ਕਰਕੇ ਇਹਨਾਂ ਨੂੰ ਸਾਰਾ ਕੁਛ ਅਸੀਂ ਸਮਝਾਇਆ ਹੈ ਔਰ ਇਹਦੇ ਡਿਸਪੋਜ਼ਲ ਬਾਰੇ ਪ੍ਰੋਪਰਲੀ ਦੱਸਿਆ, ਕਿਉਂਕਿ ਇਹ ਸੈਨੇਟਰੀ ਨੈਪਕਿਨਸ ਦੀ ਜਿਹੜੀ ਡਿਸਪੋਜ਼ਲ ਹੈ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਇਨਵਾਇਰਮੈਂਟਲੀ ਅੱਛੀ ਨਹੀਂ ਹੈ, ਅਤੇ ਇਹ ਸਾਰਾ ਮੈਮ ਦੇ ਹੈਲਪ ਦੇ ਨਾਲ ਹੀ ਅਸੀਂ ਸਭ ਕੁਛ ਕਰ ਪਾਏ। ਥੈਂਕ ਯੂ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।